ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਤੇ ਪ੍ਰਧਾਨਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਕਾਲੇ ਬਿੱਲਾਂ ਨੂੰ ਵਾਪਸ ਕਰਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ ਕੀਤੇ ਜਾ ਰਹੇ ਹਨ। ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਵੱਲੋਂ ਦਿੱਲੀ ਤੇ ਬਾਰਡਰਾਂ ਤੇ ਲੰਮੇ ਸਮੇਂ ਤੋਂ ਧਰਨਾ ਚਲਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਪ੍ਰਤੀ ਦਿਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਚੱਲ ਰਹੇ ਕਾਰੋਬਾਰ ਪੂੰਜੀਪਤੀਆਂ ਦੇ ਹੱਥਾਂ ਵਿੱਚ ਦਿੱਤੇ ਜਾ ਰਹੇ ਹਨ। ਦੇਸ਼ ਵਿੱਚ ਠੇਕੇਦਾਰੀ ਸਿਸਟਮ ਬਣਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਵਾਸਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਜਥੇਬੰਦੀਆਂ ਵੱਲੋਂ ਵੱਡੇ ਵੱਡੇ ਸੰਘਰਸ਼ ਕੀਤੇ ਜਾ ਰਹੇ ਹਨ। ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅੱਜ ਫਿਰੋਜ਼ਪੁਰ ਦੀ ਦਾਣਾ ਮੰਡੀ ਵਿੱਚ ਮਹਾਂਰੈਲੀ ਕੀਤੀ ਗਈ। ਇਸ ਮਹਾਂਰੈਲੀ ਵਿੱਚ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਮਹਾਂਰੈਲੀ ਵਿੱਚ ਚਾਹ ਦੇ ਲੰਗਰ ਦਾ ਪ੍ਰਬੰਧ ਬਾਬਾ ਜਗਤਾਰ ਸਿੰਘ ਕਰ ਸੇਵਾ ਵਾਲਿਆਂ ਦੇ ਸੇਵਾਦਾਰ ਵੱਲੋਂ ਕੀਤਾ ਗਿਆ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਫਿਰ ਦਿੱਲੀ ਵੀ ਉਸੇ ਤਰ੍ਹਾਂ ਹੀ ਸਾਡੇ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਅੰਦੋਲਨ ਦੇ ਵਿੱਚ ਲਗਾਤਾਰ ਹੀ ਹਿੱਸਾ ਪਾ ਰਿਹਾ। ਚਲੋ ਕੋਈ ਨਹੀਂ, ਇੱਕ ਮੈਂ ਹੋਰ ਮੈਂ ਤੁਹਾਨੂੰ ਦੱਸਦਿਆਂ ਵੀ ਆਪਦੇ ਸਵਾਰੀ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਆ ਵੀ ਆਪਦੇ ਮੋਬਾਇਲ ਅਤੇ ਬਟੂਏ, ਕਿਉਂਕਿ ਕਾਫੀ ਕੁਛ ਥੱਲਿਓਂ ਆ ਰਿਹਾ ਗੱਲਾਂ ਬਾਤਾਂ ਵੀ, ਕਈਆਂ ਦੇ ਬਟੂਏ ਚੋਰੀ ਹੋ ਗਏ, ਕਈਆਂ ਦੇ ਮੋਬਾਇਲ ਵੀ ਇੱਥੋਂ ਡਿੱਗ ਡੁੱਗ ਪਏ ਆ। ਅਤੇ ਉਹਨਾਂ ਨੂੰ ਬੇਨਤੀ ਆ ਵੀ ਆਪਦਾ ਆਪਦਾ ਚੀਜ਼ ਭਰਾਓ, ਆਪਦੀ ਸੰਭਾਲ ਕੇ ਰੱਖੋ। ਪ੍ਰਧਾਨ ਫਿਰੋਜ਼ਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜਿਹੜੀ ਫਿਰੋਜ਼ਪੁਰ ਦੇ ਵਿੱਚ ਮਹਾਂਰੈਲੀ ਕੀਤੀ ਜਾ ਰਹੀ ਆ, ਇਹ ਇਸ ਕਰਕੇ ਕੀਤੀ ਜਾ ਰਹੀ ਆ ਭਈ ਜਿਹੜੇ ਲੋਕ ਇੱਥੋਂ ਦੇ ਕੁਛ ਵਰਗ ਇਹੋ ਜਿਹੜੇ ਦਿੱਲੀ ਨਹੀਂ ਜਾ ਸਕੇ ਉਹਨਾਂ ਤੱਕ ਵੀ ਗੱਲ ਪਹੁੰਚਾਈ ਜਾਵੇ। ਅਤੇ ਲੰਮੇ ਚਿਰ ਤੋਂ ਸੰਘਰਸ਼ ਦੇ ਵਿੱਚ ਬੈਠੇ ਹੋਏ, ਜਦੋਂ ਤੋਂ ਅੱਜ ਤੋਂ 7-8 ਮਹੀਨੇ ਤੋਂ ਸੰਘਰਸ਼ ਚੱਲ ਰਿਹਾ, ਪਰ ਸਰਕਾਰ ਦੇ ਕੰਨਾਂ 'ਤੇ ਜੂ ਨਹੀਂ ਸਰਕ ਰਹੀ, ਉਹਨੂੰ ਜਿਹੜੀ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਪੰਜਾਬ ਦੇ ਵਿੱਚ ਮਹਾਂਰੈਲੀਆਂ ਕੀਤੀਆਂ ਜਾ ਰਹੀਆਂ। ਤਰਨ ਤਾਰਨ ਦੇ ਵਿੱਚ, ਜਲੰਧਰ, ਕਪੂਰਥਲਾ, ਸਟੋਟ, ਕੁੱਲ ਮਿਲਾ ਕੇ ਸਾਰੇ ਪੰਜਾਬ ਦੇ ਵਿੱਚ ਮਹਾਂਰੈਲੀਆਂ ਕੀਤੀਆਂ ਜਾ ਰਹੀਆਂ। ਇੱਥੇ ਜਿਹੜੀ ਫਿਰੋਜ਼ਪੁਰ ਦੀ ਰੈਲੀ ਆ, ਇਹਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਹੋ ਰਿਹਾ, ਬਹੁਤ ਵੱਡਾ ਕਿਸਾਨਾਂ ਮਜ਼ਦੂਰਾਂ ਦਾ, ਆਮ ਹਰ ਵਰਗ ਦਾ, ਅਤੇ ਜਾਂ ਹੋਰ ਕੋਈ ਆਪਣੀਆਂ ਸਮਾਜ ਸੇਵਕ ਜਥੇਬੰਦੀਆਂ ਉਹ ਵੀ ਆ ਰਹੀਆਂ। ਅਤੇ ਇਹ ਇਸੇ ਕਰਕੇ ਕੀਤਾ ਜਾ ਰਿਹਾ ਵੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ, ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ। ਜਿਹੜੇ ਕਾਲੇ ਕਾਨੂੰਨ ਲਿਆਉਂਦੇ ਆ 3 ਭਾਰਤ ਸਰਕਾਰ ਨੇ, ਉਹਨਾਂ ਨੂੰ ਰੱਦ ਕਰਨਾ ਚਾਹੀਦਾ, ਜਿੰਨਾ ਚਿਰ ਮਰਜ਼ੀ ਲੱਗੇ, ਪਰ ਅਖੀਰ ਨੂੰ ਇਹਨਾਂ ਨੂੰ ਰੱਦ ਕਰਨੇ ਪੈਣਗੇ। ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਨਹੀਂ ਵੇਚਣ ਦਿੱਤਾ ਜਾਊਗਾ, ਉਹਨਾਂ ਚਿਰ ਇਹ ਸੰਘਰਸ਼ ਤੇਜ਼ ਹੋਊਗਾ। ਫਿਰੋਜ਼ਪੁਰ ਦੀ ਜਿਹੜੀ ਰੈਲੀ ਆ, ਇਸੇ ਕਰਕੇ ਕੀਤੀ ਜਾ ਰਹੀ ਆ ਵੀ ਵੱਧ ਤੋਂ ਵੱਧ ਲੋਕਾਂ ਤੱਕ ਇਹ ਗੱਲ ਪਹੁੰਚਾਈ ਜਾ ਸਕੇ ਅਤੇ ਦਿੱਲੀ ਨੂੰ ਹੋਰ ਵੱਡੇ ਪੱਧਰ 'ਤੇ ਘੇਰਿਆ ਜਾਵੇ। ਜਿਵੇਂ ਹੁਣ ਸਾਡਾ 5 ਅਪ੍ਰੈਲ ਨੂੰ ਦੂਸਰਾ ਜਥਾ ਜਾ ਰਿਹਾ, ਫਿਰ ਫਿਰੋਜ਼ਪੁਰ ਦਾ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਦੂਜਾ ਆਪਣਾ ਮੁਕਤਸਰ, ਇੱਥੋਂ ਬਹੁਤ ਵੱਡਾ ਜਥਾ ਜਾਊਗਾ ਇਹਨਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਇੰਨਾ ਜਥਾ ਵੱਡਾ ਹੋ ਜਾਵੇ ਵੀ ਦਿੱਲੀ ਨੂੰ ਘੇਰ ਲਿਆ ਜਾਵੇ ਅਤੇ ਇਹਨਾਂ ਦੇ ਸੁੱਤੀ ਹੋਈ ਸਰਕਾਰ ਨੂੰ ਜਗਾਇਆ ਜਾਵੇ। ਜੋ ਇਹ ਮਹਾਂਰੈਲੀ ਕੀਤੀ ਜਾ ਰਹੀ ਆ, ਇਹ ਦਿੱਲੀ ਮੋਰਚੇ ਨੂੰ, ਦੇਸ਼ ਵਿਆਪੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕੀਤੀ ਜਾ ਰਹੀ ਆ। ਇਹਦੇ ਵਿੱਚ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਤੋਂ 11 ਕਿਸਾਨ ਮਜ਼ਦੂਰ ਨੌਜਵਾਨ ਬੀਬੀਆਂ ਬੜੇ ਗੁੱਸੇ ਦੇ ਨਾਲ ਸਰਕਾਰ ਦੇ ਵਿਰੁੱਧ ਬੜੇ ਰੋਹ ਦੇ ਨਾਲ ਅਤੇ ਜੋਸ਼ ਨਾਲ ਸ਼ਾਮਿਲ ਹੋ ਰਹੇ ਆ। ਅਤੇ ਸਾਡੀ ਮੰਗ ਆ ਵੀ 3 ਖੇਤੀ ਦੇ ਕਾਲੇ ਕਾਨੂੰਨ ਜਿਹੜੇ ਰੱਦ ਕੀਤੇ ਜਾਣ, ਜਿਨ੍ਹਾਂ ਨਾਲ ਕਾਰਪੋਰੇਟ ਪਗੜਿਆ, ਕਾਰਪੋਰੇਟ ਡਾਨੀ ਬਾਨੀ ਆ, ਉਹਨਾਂ ਦੇ ਹਵਾਲੇ ਜ਼ਮੀਨ ਚੱਲ ਜਾਣੀ ਆ ਅਤੇ ਮੰਡੀਆਂ ਚੱਲ ਜਾਣੀਆਂ, ਮੰਡੀਆਂ ਦਾ ਪ੍ਰਬੰਧ ਟੁੱਟ ਜਾਣਾ, ਜਿਹਦੇ ਨਾਲ ਸਾਰਾ ਜਿਹੜਾ ਸਮਾਜਿਕ ਢਾਂਚਾ ਟੁੱਟ ਜਾਣਾ, ਪੂਰੀ ਤਰ੍ਹਾਂ ਜਿਹੜੀ ਆਰਥਿਕਤਾ ਵਾ ਉਹ ਤਬਾਹ ਹੋ ਜਾਣੀ ਆ। ਜਿਹੜੀਆਂ ਨਿੱਜੀਕਰਨ ਦੀਆਂ ਕਾਰਪੋਰੇਟ ਪੱਖੇ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ, ਜਿਹਦੇ ਨਾਲ ਡੀਜ਼ਲ ਪੈਟਰੋਲ ਦੇ ਰੇਟ ਵੱਧ ਰਹੇ ਆ, ਜਿਹਦੇ ਨਾਲ ਬੇਰੁਜ਼ਗਾਰੀ ਵੱਧ ਰਹੀ ਆ, ਦੇਸ਼ ਦੀ ਆਰਥਿਕ ਮਦਵਾੜਾ ਪੈ ਰਿਹਾ ਵਾ, ਉਹ ਨੀਤੀਆਂ ਸਾਰੀਆਂ ਰੱਦ ਕੀਤੀਆਂ ਜਾਣ, ਉਹ ਵੀ ਸਾਡੀ ਅੱਜ ਦੀ ਮੰਗ ਆ। ਅਤੇ ਇੱਕ ਮਨੁੱਖ ਪੱਖੀ, ਕੁਦਰਤ ਪੱਖੀ ਵਿਕਾਸ ਮਾਡਲ ਜਿਹੜਾ ਉਹ ਲਾਗੂ ਕੀਤਾ ਜਾਵੇ ਦੇਸ਼ 'ਚ, ਉਹ ਸਾਡੀ ਮੰਗ ਆ। ਅਤੇ ਜਿਹੜਾ ਭ੍ਰਿਸ਼ਟਾਚਾਰ ਆ, ਜਿਹੜਾ ਦੇਸ਼ ਦੇ ਵਿੱਚ ਗਦਰ ਪਿਆ ਹੋਇਆ ਵਾ, ਜਿਹੜੀ ਇਕੋਨਮੀ ਇੰਨੀ ਡਾਊਨ ਜਾ ਰਹੀ ਆ, ਉਹ ਸਾਰੀਆਂ ਨੀਤੀਆਂ ਜਿਹੜੀਆਂ ਮੋਦੀ ਸਰਕਾਰ ਰੱਦ ਕਰੇ। ਇਹ ਅੰਦੋਲਨ 21 ਸੂਬਿਆਂ ਦੇ ਵਿੱਚ ਫੈਲ ਚੁੱਕਾ ਵਾ, ਬੜੀ ਤੇਜ਼ੀ ਨਾਲ ਦੂਜੇ ਸੂਬਿਆਂ ਦੇ ਵਿੱਚ ਫੈਲ ਰਿਹਾ, ਮੋਦੀ ਸਰਕਾਰ ਨੂੰ ਚਾਰੇ ਬੰਨੋਂ ਘੇਰਾ ਪੈ ਰਿਹਾ ਵਾ। ਅਤੇ ਹਰ ਹਾਲਤ ਜਿਹੜੇ ਕਾਨੂੰਨ ਆ ਉਹ ਰੱਦ ਕਰਨੇ ਪੈਣਗੇ। ਅਸੀਂ 26 ਤਰੀਕ ਨੂੰ, 26 ਮਾਰਚ ਨੂੰ ਭਾਰਤ ਬੰਦ, ਜਿਹੜਾ ਕਾਲ ਭਾਰਤ ਬੰਦ ਦੀ ਕਾਲ ਦਿੱਤੀ ਗਈ ਆ, ਉਹਦੇ ਤਹਿਤ ਪੰਜਾਬ ਬੰਦ ਕਰਾਂਗੇ, ਕਾਰੋਬਾਰ ਠੱਪ ਰੱਖਾਂਗੇ, ਰੇਲਾਂ ਦੀਆਂ ਸੜਕਾਂ ਜਾਮ ਕਰਾਂਗੇ, ਆਪਣੇ ਅੰਦੋਲਨ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਤੇਜ਼ ਕਰਾਂਗੇ। ਅੰਦੋਲਨ ਲੰਮਾ ਚੱਲੂਗਾ, ਪਰ ਜਿੱਤ ਤੋਂ ਬਗੈਰ ਅੰਦੋਲਨ ਨਹੀਂ ਮੁੜੂਗਾ।
ਅੱਜ ਪਹੁੰਚੇ ਹਾਂ ਕਿਉਂਕਿ ਇੱਕ ਮੇਨ ਮਕਸਦ ਆ ਪਹੁੰਚਣ ਦਾ। ਜਿਵੇਂ ਕਿ ਆਪਾਂ ਜਾਣਦੇ ਹਾਂ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਨੇ, ਜੰਗ ਲੜ ਰਹੇ ਨੇ, ਦਿੱਲੀ ਜੋ ਕਾਲੇ ਕਾਨੂੰਨ ਲਾਗੂ ਹੋਏ ਨੇ ਉਹਦੇ ਵਿਰੁੱਧ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਇੱਕ ਕੰਪਨੀ ਹਾਂ, ਪੈਸਟੀਸਾਈਡ ਦੀ ਕੰਪਨੀ ਜੋ ਜ਼ਿਮੀਂਦਾਰਾਂ ਦੇ ਵਿੱਚ ਜਾ ਕੇ ਕੰਮ ਕਰਦੀ ਹੈ, ਤਾਂ ਇੱਕ ਆਪਣੇ ਪ੍ਰੋਡਕਟ ਸੇਲ ਕਰਦੀ ਹੈ ਕ੍ਰਿਸਟਲ ਕ੍ਰੋਪ ਪ੍ਰੋਟੈਕਸ਼ਨ ਲਿਮਿਟਡ ਕੰਪਨੀ ਨਾਲ ਜੁੜੇ ਹੋਏ। ਮੈਨੂੰ 2 ਸਾਲ ਹੋ ਗਏ, 25 ਤੋਂ 30 ਸਾਲ ਪੁਰਾਣੀ ਕੰਪਨੀ ਹੈ ਜੋ ਪੰਜਾਬ ਹਰਿਆਣਾ ਦੇ ਵਿੱਚ ਖਾਸ ਕਰ ਆਪਣਾ ਬਿਜ਼ਨਸ ਕਰਦੀ ਆ। ਪਰ ਪਿਛਲੇ ਦਿਨੀ ਮੈਂ 6 ਤਰੀਕ ਜਦੋਂ ਧਰਨੇ ਤੋਂ ਵਾਪਸ ਆਇਆ ਸਿੰਘੂ ਮੋਰਚੇ ਤੋਂ, ਅਸੀਂ ਸਾਡੀ ਡਿਊਟੀ ਲੱਗੀ ਸੀ ਪਿੰਡ ਵਾਈਜ਼, ਤਾਂ ਅਸੀਂ ਦੇਖਿਆ ਕਿ ਕੰਪਨੀ ਨੇ ਪਿਛਲੇ ਦਿਨਾਂ ਸਾਨੂੰ ਇੱਕ ਮੇਲ ਭੇਜੀ ਹੋਈ ਸੀ, ਜਿਸ ਮੇਲ ਦੇ ਵਿੱਚ ਇੱਕ ਜੋ ਇੰਟਲੈਕਚੁਅਲ ਨੇ ਉਹ ਵਿਜੇ ਬਰਦਾਨਾ ਜੀ, ਉਹਨਾਂ ਦਾ ਨਾਮ ਵਿਜੇ ਸਰਦਾਨਾ ਨਾਮ ਆ, ਜੋ ਨੈਸ਼ਨਲ ਚੈਨਲ ਗੋਦੀ ਮੀਡੀਆ ਦੇ ਉੱਪਰ ਵੀ ਅਲੱਗ ਅਲੱਗ ਚੈਨਲਾਂ 'ਤੇ ਆ ਕੇ ਇਸ ਜੋ ਕਾਲੇ ਕਾਨੂੰਨ ਆ ਇਹਨਾਂ ਦੀ ਵਕਾਲਤ ਕਰਦੇ ਰਹਿੰਦੇ ਆ। ਕੰਪਨੀ ਨੇ ਸਾਨੂੰ ਮੇਲ ਭੇਜੀ, 38 ਮਿੰਟ ਦੀ ਵੀਡੀਓ ਭੇਜੀ, ਜਿਸ ਦੇ ਵਿੱਚ ਉਹਨਾਂ ਨੇ ਟੋਟਲ ਪੂਰੀ ਤਰ੍ਹਾਂ ਇਸ ਬਿੱਲਾਂ ਦੇ ਹੱਕ ਦੇ ਵਿੱਚ ਇੱਕ ਵੀਡੀਓ ਪਾ ਕੇ ਸਾਨੂੰ ਭੇਜੀ, ਔਰ 38 ਮਿੰਟ ਦੀ ਵੀਡੀਓ ਵਿੱਚ ਇੰਨੇ ਤੁਹਾਨੂੰ ਫਾਇਦੇ ਗਿਣਾਤੇ ਜਿੰਨੇ ਤੁਹਾਨੂੰ ਨਰਿੰਦਰ ਤੋਮਰ ਜੋ ਖੇਤੀਬਾੜੀ ਮੰਤਰੀ ਨੇ ਉਹ ਵੀ ਜਥੇਬੰਦੀਆਂ ਨੂੰ ਗਿਣਾ ਨਹੀਂ ਪਾਏ। ਔਰ ਬਿੱਲ ਉਹ ਗਿਣਾਉਣ ਤੋਂ ਬਾਅਦ, ਫਾਇਦੇ ਗਿਣਾਉਣ ਤੋਂ ਬਾਅਦ ਉਹਨਾਂ ਨੇ ਸਾਨੂੰ ਇਹੀ ਕਿਹਾ, ਜੇ ਫਿਲ ਤੁਸੀਂ ਸਮਝੋ ਪਹਿਲਾਂ ਇਹਨਾਂ ਨੂੰ, ਔਰ ਪਿੰਡ ਪਿੰਡ ਜਾ ਕੇ ਜਿਵੇਂ ਕਿ ਸਾਡੀ ਫੀਲਡ ਦੀ ਜੋਬ ਆ, ਏਰੀਆ ਜਿੰਨਾ ਜਿੰਨਾ ਦੇਖਦੇ ਹਾਂ, ਇਕੱਲੇ ਇਕੱਲੇ ਮੁਲਾਜ਼ਮ ਨੂੰ ਇਹ ਕਹਿਤਾ ਵੀ ਥੱਲੇ ਤੱਕ ਤੁਸੀਂ ਇਹਨੂੰ ਸਮਝਾਓ ਬਿੱਲਾਂ ਨੂੰ, ਤਾਂ ਕਿ ਜੋ ਕਿ ਜਥੇਬੰਦੀਆਂ ਗਮਰਾਹ ਕਰ ਰਹੀਆਂ ਕਿਸਾਨਾਂ ਨੂੰ ਉੱਥੇ ਨਾ ਜਾਣ ਅਤੇ ਬਿੱਲਾਂ ਨੂੰ ਥੱਲੇ ਸਮਝਾਓ। ਤਾਂ ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹਾਂ। ਮੈਂ 9 ਤਰੀਕ ਨੂੰ, ਕਿਉਂਕਿ ਜਦੋਂ ਮੈਂ 6 ਨੂੰ ਵਾਪਸ ਆਇਆ, 7 ਤਰੀਕ ਦਾ ਐਤਵਾਰ ਸੀ, ਤਾਂ 8 ਤਰੀਕ ਨੂੰ ਮੈਂ ਕਾਲ ਕਰਕੇ ਕਹਿ ਤਾ ਕਿ ਮੈਂ ਕੰਮ ਨਹੀਂ ਕਰਾਂਗਾ ਇਸ ਕੰਪਨੀ 'ਚ, ਔਰ 9 ਤਰੀਕ ਨੂੰ ਮੈਂ ਆਪਣਾ ਰਿਜ਼ਾਈਨ ਭੇਜਤਾ। ਉਸ ਤੋਂ ਬਾਅਦ ਮੈਂ ਇੱਕ ਵੀਡੀਓ ਵੀ ਬਣਾ ਕੇ ਭੇਜੀ, ਜੋ ਵੀਡੀਓ ਵਾਇਰਲ ਵੀ ਕਾਫੀ ਹੋਈ ਆ, ਜਿਸ ਤੋਂ ਬਾਅਦ ਮੈਨੂੰ ਜਥੇਬੰਦੀਆਂ ਨੇ ਪੂਰੀ ਸਪੋਰਟ ਦਿੱਤੀ, ਔਰ ਕੰਪਨੀ ਦਾ ਟੋਟਲ ਬਾਈਕਾਟ ਕਰਨ ਦਾ ਜੋ ਸੱਦਾ ਦਿੱਤਾ ਸੀ ਉਹਨੂੰ ਪੂਰਨ ਤੌਰ 'ਤੇ ਸਹਿਮਤੀ ਮਿਲ ਰਹੀ ਆ। ਉਹ ਡਿਸਟ੍ਰੀਬਿਊਟਰ ਜੋ ਵੀ ਨੇ, ਜੋ ਵੀ ਇਸ ਕੰਪਨੀ ਨਾਲ ਜੁੜੇ ਹੋਏ ਮੁਲਾਜ਼ਮ ਆ, ਸਭ ਅੱਜ ਦੇ ਟਾਈਮ 'ਚ ਕੰਪਨੀ ਛੱਡ ਕੇ ਆ ਰਹੇ ਆ। ਔਰ ਕੰਪਨੀ ਦੀ ਜੇ ਬੈਕਗ੍ਰਾਊਂਡ ਦੀ ਗੱਲ ਕਰਾਂ ਤਾਂ ਕੰਪਨੀ ਪਹਿਲਾਂ ਤੋਂ BJP ਨਾਲ ਦਿੱਲੀ ਦੇ ਵਿੱਚ ਮਿਲ ਕੇ ਵੀ ਕਾਫੀ ਤਰ੍ਹਾਂ ਕੰਮ ਕਰ ਰਹੀ ਆ, ਪਰ ਸਾਨੂੰ ਇਹ ਸੀ ਕਿ ਚਲੋ ਉੱਪਰ ਵਪਾਰ ਅਲੱਗ ਆ ਔਰ ਆਪਣੇ ਜੋ ਰਿਲੇਸ਼ਨ ਆ ਉਹ ਅਲੱਗ ਆ। ਪਰ ਕੰਪਨੀ ਪਿਛਲੇ ਨਾਲ ਜਿਵੇਂ ਕਿ ਆਹ ਦੇਖ ਸਕਦੇ ਹੋ, ਇਹ ਕੰਪਨੀ ਦੇ ਮਾਲਕ ਨੇ ਸ਼੍ਰੀ NK ਅਗਰਵਾਲ ਜੀ ਔਰ ਇਹਨਾਂ ਦਾ ਬੇਟਾ ਅੰਕੁਰ ਅਗਰਵਾਲ ਅਮਿਤ ਸ਼ਾਹ ਨਾਲ ਮਿਲ ਕੇ ਫੋਟੋਆਂ ਵੀ ਨੇ ਇਹਨਾਂ ਦੀਆਂ। ਇਸ ਤੋਂ ਬਿਨਾਂ ਜੋ ਇਹ ਨਿਤਿਨ ਗਡਕਰੀ ਨਾਲ ਇਹਨਾਂ ਦੇ ਪਲਾਟ ਦੇ ਜੋ ਆਪਣਾ ਇਹਨਾਂ ਦਾ ਕੈਮੀਕਲ ਦਾ ਪਲਾਂਟ ਲੱਗਿਆ ਉਹਦਾ ਉਦਘਾਟਨ ਵੀ ਨਿਤਿਨ ਗਡਕਰੀ ਕਰ ਰਿਹਾ। ਇਸ ਤੋਂ ਬਿਨਾਂ ਤੁਹਾਨੂੰ ਮਨੋਜ ਤਿਵਾੜੀ ਨਾਲ ਫੋਟੋਆਂ ਦਿਖ ਜਾਣਗੀਆਂ। ਇਹ ਪਰਿਵਾਰਕ, ਮਤਲਬ ਕਿ ਇਹਨਾਂ ਦੇ ਪਰਿਵਾਰਕ ਰਿਲੇਸ਼ਨ ਨੇ, ਔਰ ਪਰਿਵਾਰਕ ਰਿਲੇਸ਼ਨ 'ਤੇ ਇਹਨਾਂ ਨੇ ਇਹੀ ਦੇਖਿਆ ਕਿ ਕਿਉਂ ਨਾ ਅਸੀਂ BJP ਨਾਲ ਰਲ ਕੇ, ਕਿਉਂਕਿ ਜਿਵੇਂ ਕਿ ਚਾਹੁੰਦੇ ਨੇ ਕਿ ਅੱਗੇ ਕਾਲੇ ਕਾਨੂੰਨ ਜਦੋਂ ਲਾਗੂ ਹੋ ਜਾਣਗੇ ਤਾਂ ਕਾਰਪੋਰੇਟ ਜਦੋਂ ਘਰਾਣੇ ਆਉਣਗੇ ਤਾਂ ਕੰਟਰੈਕਟ ਫਾਰਮਿੰਗ ਦੇ ਵਿੱਚ ਆਪਣੇ ਆਪ ਨੂੰ ਵਧਾਉਣ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਮਨਦੀਪ ਕੌਰ ਮਰਖਾਈ, ਜਿਹੜੀ ਪੂਰੇ ਪੰਜਾਬ ਦੇ ਵਿੱਚ ਐਂਟੀ ਡਰੱਗ ਲੜ ਰਹੀ ਹਾਂ, ਕਿਸਾਨੀ ਮੁੱਦੇ 'ਤੇ ਲੜ ਰਹੀ ਹਾਂ। ਅੱਜ ਜਿਹੜੀ ਅਸੀਂ ਮਹਾਰੈਲੀ ਕੀਤੀ ਹੈ, ਇਹਦੇ ਵਿੱਚ ਅਸੀਂ ਹੁਕਮਰਾਨ ਸਰਕਾਰ ਨੂੰ ਇੱਕ ਚੇਤਾਵਨੀ ਦੇਣੀ ਚਾਹੁੰਦੀ ਹਾਂ ਵੀ ਜੇ ਤੂੰ ਸਮਾਂ ਰਹਿੰਦਿਆਂ ਇਹ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੇ ਇਹਦੇ ਬਹੁਤ ਭਿਆਨਕ ਸਿੱਟੇ ਆ ਜਿਹੜੇ ਉਹ ਦੇਖਣ ਨੂੰ ਮਿਲਣਗੇ। 4 ਸੂਬਿਆਂ ਦੇ ਜਿਹੜੇ ਇਲੈਕਸ਼ਨ ਚੱਲ ਰਹੇ ਆ, ਉਹਨਾਂ ਇਲੈਕਸ਼ਨਾਂ ਦੇ ਵਿੱਚ ਅਸੀਂ ਤੁਹਾਨੂੰ ਮੂੰਹ ਤੋੜ ਜਵਾਬ ਦੇਵਾਂਗੇ ਤੁਹਾਡੇ ਇਸ ਤਾਨਾਸ਼ਾਹੀ ਰਵੱਈਏ ਦਾ, ਤੁਹਾਡੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਆਲੀਕਾਰ ਬੰਦੇ ਬੈਠੇ ਆ, ਅਬਾਨੀ ਅਡਾਨੀ ਵਰਗੇ, ਨੀਰਜ ਮੋਦੀ ਵਰਗੇ ਜਾਂ ਬਾਬਾ ਰਾਮਦੇਵ ਵਰਗੇ, ਇਹਨਾਂ ਲੋਕਾਂ ਨੂੰ ਅਸੀਂ ਜਿਹੜਾ ਇਹਨਾਂ ਦੀ ਅਸੀਂ ਔਕਾਤ ਆ ਜਿਹੜੀ ਉਹ ਯਾਦ ਕਰਵਾ ਕੇ ਰਵਾਂਗੇ।